ਲੋਕਾਂ ਦੀ ਭਰਪੂਰ ਮੰਗ ਤੇ ਪੇਸ਼ ਕਰਨ ਜਾ ਰਿਹਾ ਜੀ ਕੈਰੀ ਔਨ ਜੱਟਾ 2। ਮੈਂ ਇੱਕ ਵੀ ਐਸਾ ਸੀਨ ਨਹੀਂ ਹੈ ਜਿਹਦੇ ਅੰਦਰ ਨਹੀਂ ਹੱਸੀ ਆਈ, ਮਤਲਬ ਕਿ ਮੈਂ ਪੇਟ ਫੜ ਫੜ ਕੇ ਹੱਸਿਆ ਐਂਡ ਇਟਸ ਔਸਮ। ਔਰ ਜਿਨ੍ਹਾਂ ਨੇ ਨਹੀਂ ਦੇਖੀ ਪਲੀਜ਼ ਦੇਖੋ ਆ ਕੇ। ਕੈਰੀ ਔਨ ਜੱਟਾ 1 ਤੋਂ ਕੀ ਡਿਫਰੈਂਸ ਸੀਗਾ ਕਿਹੋ ਜਿਹਾ? ਬਹੁਤ ਜ਼ਿਆਦਾ, ਹੋਰ ਜ਼ਿਆਦਾ ਵਧੀਆ, ਹੋਰ ਹੀ ਜ਼ਿਆਦਾ। ਜਿੰਨਾ 1 ਸੀਗੀ ਉਸ ਤੋਂ 100 ਗੁਣਾ ਵਧੀਆ। ਥੈਂਕ ਯੂ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਹੱਸ ਹੱਸ ਕੇ ਵੱਜ ਹੋ ਗਿਆ ਸੀ। ਸਾਰੇ ਵਧੀਆ ਕੈਰੈਕਟਰ, ਬਟ ਕਰਮਜੀਤ ਅਨਮੋਲ ਭਾਅ ਜੀ ਬਹੁਤ ਸੋਹਣੇ ਲੱਗੇ। ਕੈਰੀ ਔਨ ਜੱਟਾ 1 ਤੋਂ ਕਿਹੋ ਜਿਹਾ ਡਿਫਰੈਂਟ ਐਕਸਪੀਰੀਅੰਸ? ਨਹੀਂ, ਕੈਰੀ ਜੱਟਾ 1 ਸੀ, 2 ਔਸਮ ਹੈ, ਮਾਵਲਸ ਹੈ, ਬਹੁਤ ਵਧੀਆ। ਵਾਈਸ ਦੇ ਵਿੱਚ ਬੋਲੇ ਨਾਮ ਤੇ ਸੀ ਰੌਕ ਸਟਾਰ, ਆਪਣੇ ਤੇ ਲੈ ਲਈਏ ਜੇ ਯਾਰੀ ਉੱਤੇ ਆਈ ਜੀ। ਸੁਪਰ ਹਿੱਟ ਸੁਪਰ ਹਿੱਟ ਪਹਿਲੀ ਨਾਲ ਦੁਗਣੀ ਵਧੀਆ। ਮੈਨੂੰ ਗਿੱਪੀ ਭਾਅ ਜੀ ਬਹੁਤ ਵਧੀਆ ਲੱਗੇ, ਮੈਨੂੰ ਸਾਰੇ ਕਰੈਕਟਰ ਨੂੰ ਤੁਸੀਂ ਮਿਸ ਨਹੀਂ ਕਰ ਸਕਦੇ। ਤੇ ਫਿਰ ਕਰਮਜੀਤ ਭਾਅ ਜੀ ਬਹੁਤ ਵਧੀਆ ਰੋਲ ਸੀਗਾ, ਸੁਪਰ ਡੁਪਰ ਹਿੱਟ। ਹੂ ਇਜ਼ ਜਾਨੀਜ਼ ਫੇਵਰਿਟ? ਵਿਚ ਵਨ? ਵਿਚ ਕੈਰੈਕਟਰ ਇਜ਼ ਜਾਨੀਜ਼ ਫੇਵਰਿਟ? ਕਰਮਜੀਤ ਭਾਅ ਜੀ। ਐਂਡ ਇਫ ਯੂ ਹੈਵ ਟੂ ਕੰਪੇਅਰ ਇਟ ਵਿਦ ਕੈਰੀ ਔਨ ਜੱਟਾ 1, ਦੈਨ ਦੁਗਨੀ ਹਿੱਟ ਮੈਂ ਕਹਿ ਰਿਹਾ। ਦੁਗਨੀ ਕੈਰੀ ਔਨ ਕੈਰੀ ਔਨ।